ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲੇ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ, ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਇੱਕ ਦੂਸਰੇ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਜੀ ਦੋਵਾਂ ਨੇ। ਬਿਲਕੁਲ ਜੀ ਬਿਲਕੁਲ, ਦੋਵਾਂ ਨੇ ਇੱਕ ਦੂਜੇ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਹੈ। ਇਹ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਸੀਗੀ ਕਿ ਭਾਈ ਇਹ ਪ੍ਰੈਸ ਕਾਨਫਰੰਸ ਹੋਣੀ ਆ, ਭਗਵੰਤ ਮਾਨ ਨੇ ਬੰਦਾ ਲੈ ਕੇ ਆਉਣਾ ਸਾਹਮਣੇ ਤੇ ਇਹ ਸਬੂਤ ਪੇਸ਼ ਕਰਨਗੇ, ਤੇ ਉਹ ਫਿਰ ਉਹਨਾਂ ਨੇ ਕਰ ਦਿੱਤਾ। ਹਾਲਾਂਕਿ ਕਾਂਗਰਸ ਨੇ ਗੱਲ ਕਹੀ ਹੈ ਵੀ ਇਹ ਕੋਈ ਸਬੂਤ ਆ, ਇੱਕ ਬੰਦਾ ਬੈਠਾ ਇਹ ਗੱਲ ਕਹੀ ਜਾਂਦਾ, ਹਾਂ ਮੇਰੇ ਕੋਲੋਂ ਪੈਸੇ ਮੰਗੇ ਸਨ, ਤੇ ਇਉਂ ਤਾਂ ਭਾਵੇਂ 10 ਬੰਦੇ ਖੜੇ ਕਰ ਲਓ ਕਿਸੇ ਦੇ ਵੀ ਖਿਲਾਫ਼ ਵੀ ਭਾਈ ਮੇਰੇ ਕੋਲੋਂ ਐਂ ਮੰਗੇ ਹਨ, ਕੋਈ ਸਬੂਤ ਦਿਓ ਨਾ ਵੀ ਭਾਈ ਕੋਈ ਆਡੀਓ ਕੋਈ ਵੀਡੀਓ ਕੋਈ ਇਹੋ ਜਿਹੀ ਚੀਜ਼ ਦਿਓ ਜਿਹਦੇ ਕਰਕੇ ਪਤਾ ਲੱਗੇ ਕਿ ਭਾਈ ਇਹਦੇ ਕੋਲੋਂ ਪੈਸੇ ਮੰਗੇ ਗਏ ਹਨ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਭਗਵੰਤ ਮਾਨ ਦੇ ਵੱਲੋਂ ਇਹ ਸਬੂਤ ਪੇਸ਼ ਕੀਤਾ ਗਿਆ, ਜਿਸ ਤਰੀਕੇ ਨਾਲ ਜਸ ਇੰਦਰ ਬੈਦਵਾਨ ਨਾਂ ਦੇ ਕ੍ਰਿਕਟ ਖਿਡਾਰੀ ਨੂੰ, ਇਹਦੇ ਉੱਤੇ ਕਾਂਗਰਸ ਨੇ ਤਾਂ ਇਹ ਗੱਲ ਕਹੀ ਆ ਵੀ ਇਸ ਖਿਡਾਰੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਮੈਨੂੰ ਖੇਡ ਕੋਟੇ ਦੇ ਵਿੱਚੋਂ ਨੌਕਰੀ ਮਿਲਣੀ ਚਾਹੀਦੀ ਆ, ਤੇ ਹਾਈ ਕੋਰਟ ਨੇ ਵੀ ਇਹ ਗੱਲ ਕਹੀ ਕਿ ਤੁਸੀਂ ਇਸ ਕੈਟਾਗਰੀ ਦੇ ਯੋਗ ਨਹੀਂ ਹੋ, ਤੁਸੀਂ ਐਲੀਜੀਬਲ ਨਹੀਂ ਹੋ। ਇਸ ਕਰਕੇ ਜਦੋਂ ਜੱਜ ਸਾਹਿਬ ਨੇ ਆਪਦਾ ਫੈਸਲਾ ਸੁਣਾਤਾ ਕਿ ਭਾਈ ਤੁਸੀਂ ਤਾਂ ਇਸ ਕੋਟੇ ਦੇ ਵਿੱਚੋਂ ਨੌਕਰੀ ਨਹੀਂ ਲੈਣ ਦੇ ਯੋਗ, ਤੁਸੀਂ ਇਸ ਕੈਟਾਗਰੀ ਦੇ ਤਹਿਤ ਨਹੀਂ ਆਉਂਦੇ, ਪਰ ਫਿਰ ਕੋਈ ਵੀ ਮੁੱਖ ਮੰਤਰੀ ਭਾਵੇਂ 5 ਕਰੋੜ ਰੁਪਇਆ ਦੇ ਦੇਵੇ ਕੋਈ, ਤੇ ਫਿਰ ਉਹਨੂੰ ਕਿਵੇਂ ਨੌਕਰੀ ਮਿਲ ਸਕਦੀ ਹੈ? ਤੇ ਜਦੋਂ ਅਦਾਲਤ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਆ, ਜਿਹੜੀ ਜੱਜਮੈਂਟ ਹੈ ਜੱਜ ਸਾਹਿਬ ਦੀ, ਤੇ ਉਹ ਕਹਿੰਦੇ ਜੀ ਉਹ ਤਾਂ ਗੂਗਲ ਦੇ ਉੱਤੇ ਅੱਜ ਵੀ ਪਈ ਆ, ਭਾਵੇਂ ਕੋਈ ਵੀ ਜਾ ਕੇ ਚੈੱਕ ਕਰ ਲਏ ਤੇ ਉਹ ਮੈਂ ਵੀ ਪੜ੍ਹੀ ਆ। ਉਸ ਤੋਂ ਅਗਲੀ ਗੱਲ ਇਹ ਆ ਬਈ ਇਸ ਖਿਡਾਰੀ ਦੇ ਬਾਰੇ ਹੁਣ ਵਕਤ ਦੱਸੂਗਾ ਬਣਦਾ ਕੀ ਆ, ਪਰ ਗੱਲ ਇਹ ਕਿ ਭਗਵੰਤ ਮਾਨ ਦੇ ਵੱਲੋਂ ਤਾਂ ਗੱਲ ਕਹਿ ਦਿੱਤੀ ਗਈ ਵੀ ਭਾਈ 2 ਕਰੋੜ ਰੁਪਈਆ ਇਸ ਮੁੰਡੇ ਤੋਂ ਲੈਣ ਦੀ ਗੱਲ ਕੀਤੀ ਗਈ ਸੀ, ਇਹ 2 ਲੱਖ ਲੈ ਕੇ ਗਏ ਸੀਗੇ, ਤੇ ਹਾਲਾਂਕਿ ਖਿਡਾਰੀ ਬਹੁਤ ਘੱਟ ਬੋਲਿਆ ਤੇ ਭਗਵੰਤ ਮਾਨ ਨੇ ਹੀ ਬਹੁਤੇ ਉੱਤਰ ਦਿੱਤੇ ਆ। ਤੇ ਉਸ ਤੋਂ ਅਗਲੀ ਗੱਲ ਇਹ ਵੀ ਪ੍ਰਗਟ ਸਿੰਘ ਨੇ ਕੱਲ੍ਹ ਇਹ ਗੱਲ ਕਹੀ ਹੈ ਜਦੋਂ ਚੰਨੀ ਹੋਰਾਂ ਦੇ ਨਾਲ ਬੈਠੇ ਸੀ, ਉਹ ਕਹਿੰਦੇ ਵੀ ਗੱਲ ਇਹ ਵੀ ਚਲੋ ਉਰੋਂ ਤਾਂ ਨੌਕਰੀ ਨਹੀਂ ਮਿਲੀ, ਹੁਣ ਭਗਵੰਤ ਮਾਨ ਨੌਕਰੀ ਦੇ ਦੇਵੇ, ਕਿਉਂਕਿ ਭਗਵੰਤ ਮਾਨ ਨੌਕਰੀ ਦੇ ਹੀ ਨਹੀਂ ਸਕਦਾ ਜਦੋਂ ਮੁੰਡਾ ਯੋਗ ਨਹੀਂ ਗਾ ਇਸ ਗੱਲ ਦੇ, ਜਦੋਂ ਉਹ ਇਸ ਕੈਟਾਗਰੀ ਦੇ ਤਹਿਤ ਆਉਂਦਾ ਹੀ ਨਹੀਂ। ਤੇ ਜੇ ਮੰਨ ਲਓ ਨਿਯਮਾਂ ਦੇ ਵਿੱਚ ਭੰਨ ਤੋੜ ਕਰਕੇ ਨੌਕਰੀ ਇਹਨੂੰ ਦੇਣਗੇ, ਤੇ ਉਸ ਤੋਂ ਬਾਅਦ 2 ਤੋਂ ਲੈ ਕੇ 3 ਹਜ਼ਾਰ ਮੁੰਡਾ ਕੁੜੀ ਜਿਹੜਾ ਖਿਡਾਰੀ ਆ, ਤੇ ਉਹ ਹੋਰ ਜਿਹੜਾ ਪਟੀਸ਼ਨਾਂ ਪਾਊਗਾ ਅਦਾਲਤ ਦੇ ਵਿੱਚ ਵੀ ਭਾਈ ਸਾਨੂੰ ਦਿਓ, ਅਸੀਂ ਵੀ ਇਸੇ ਕੈਟਾਗਰੀ ਦੇ ਵਿੱਚ ਆਉਂਦੇ ਹਾਂ। ਸੋ ਉਹਨਾਂ ਨੇ ਕਿਹਾ ਜੀ ਭਗਵੰਤ ਮਾਨ ਨੌਕਰੀ ਦੇ ਦੇਵੇ, ਹੁਣ ਅਸੀਂ ਕਾਹਲ ਚ ਆਏ ਇਹ ਦੇਖਣ ਦੇ ਲਈ ਵੀ ਕਦੋਂ ਨੌਕਰੀ ਦਿੰਦਾ। ਸੋ ਇਸ ਤਰੀਕੇ ਦੇ ਨਾਲ ਕੱਲ੍ਹ ਸ਼ਬਦਕ ਜੰਗ ਚੱਲੀ ਆ, ਤੇ ਉਸ ਤੋਂ ਅਗਲੀ ਗੱਲ ਇਹ ਵੀ ਲੋਕਾਂ ਨੇ ਇਸ ਗੱਲ ਦਾ ਆਨੰਦ ਮਾਣ ਲਿਆ, ਲੋਕਾਂ ਨੇ ਗੱਲਾਂ ਸੁਣ ਲਈਆਂ ਤੇ ਗੱਲ ਖਤਮ ਹੋ ਗਈ। ਕੱਲ੍ਹ ਮੈਨੂੰ ਇੱਕ ਬੰਦੇ ਨੇ ਫੋਨ ਕੀਤਾ, ਮੈਨੂੰ ਕਹਿੰਦਾ ਜੀ ਦੋਵਾਂ ਦੀਆਂ ਗੱਲਾਂ ਦੇ ਵਿੱਚੋਂ ਨਿਕਲੂ ਕੀ? ਮੈਂ ਕਿਹਾ ਜੀ ਨਿਕਲਣਾ ਕੀ ਹੈ, ਸਵਾਦ ਲਓ, ਆਨੰਦ ਮਾਣੋ। ਵੈਸੇ ਵੀ ਪੰਜਾਬ ਦੇ ਵੱਡੀ ਗਿਣਤੀ 'ਚ ਲੋਕ ਤਾਂ ਆਨੰਦ ਹੀ ਮਾਣਦੇ ਹੁੰਦੇ ਇਹਨਾਂ ਗੱਲਾਂ ਦਾ, ਜਾਂ ਆਪਾਂ ਨੂੰ ਚਟਕਾਰਾ ਜਿਹਾ ਆਉਂਦਾ ਇਹਦੇ ਵਿੱਚ, ਇਹਨੇ ਇਹਨੂੰ ਐਂ ਕਹਿਤਾ, ਇਹਨੇ ਠੋਕ ਕੇ ਰੱਖਤਾ, ਇਹਨੇ ਪੂੰਝ ਕੇ ਰੱਖਤਾ, ਇਹਨੇ ਮਾਂਜ ਕੇ ਰੱਖਤਾ, ਇਹਨੇ ਰੋੜ ਕੇ ਰੱਖਤਾ, ਬਸ ਆਹ ਗੱਲਾਂ ਇਹਦੇ ਵਿੱਚ, ਹੋਰ ਤਾਂ ਕੁਝ ਨਹੀਂ ਗਾ। ਸੋ ਉਸ ਮੁੰਡੇ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਜਾਂ ਜਿਹੜਾ ਸਬੂਤ ਭਗਵੰਤ ਮਾਨ ਦੇ ਵੱਲੋਂ ਪੇਸ਼ ਕਰਨ ਦੀ ਗੱਲ ਕਹੀ ਗਈ ਸੀ, ਜਿਹੜਾ ਇਹ ਕਰ ਦਿੱਤਾ ਗਿਆ, ਤੇ ਉਹਦੇ ਉੱਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਗੱਲ ਕਹੀ ਹੈ ਵੀ ਭਗਵੰਤ ਮਾਨ ਮੇਰੇ ਪਿੱਛੇ ਪਿਆ, ਸਾਡੇ ਟੱਬਰ ਦਾ ਜਿਉਣਾ ਦੁੱਬਰ ਕੀਤਾ, ਇਹਨਾਂ ਦਾ ਕੰਮ ਆ ਛੁਰਲੀ ਛੱਡਣਾ, ਇਸ ਤੋਂ ਇਲਾਵਾ ਕੁਝ ਵੀ ਨਹੀਂ, ਇਹ ਬਸ ਆਹ ਕੁਛ ਹੀ ਕਰਨਾ ਜਾਣਦੇ ਆ, ਹੋਰ ਕੁਛ ਵੀ ਨਹੀਂ ਜੀ। ਜੀ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਜੀ, ਹੁਣ ਜਿਹੜਾ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਹੋਇਆ ਉਸ ਬਾਬਤ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਕਹਿੰਦੇ ਮੰਤਰੀ ਬਣ ਗਏ ਨੇ, ਔਰ ਇਹਦੇ ਨਾਲ ਧਾਲੀਵਾਲ ਸਾਹਿਬ ਦਾ ਕੱਦ ਕਹਿੰਦੇ ਕਾਫੀ ਘਟਿਆ ਹੋਇਆ ਹੁਣ। ਹਾਂ ਬਿਲਕੁਲ ਜੀ, ਗੱਲ ਇਹ ਆ ਵੀ ਧਾਲੀਵਾਲ ਸਾਹਿਬ ਦਾ ਕੱਦ ਕਾਫੀ ਘਟਾ ਦਿੱਤਾ ਗਿਆ, ਉਹਦਾ ਕਾਰਨ ਇਹ ਆ ਵੀ ਉਹਨਾਂ ਦੇ ਕੋਲੋਂ 2 ਮਹੱਤਵਪੂਰਨ ਮਹਿਕਮੇ ਲੈ ਲਏ ਗਏ ਆ, ਕਿਉਂਕਿ ਲੰਘੇ ਕੱਲ ਆਪਾਂ ਜਾਣਦੇ ਵੀ 2 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਮੰਤਰੀ ਮੰਡਲ ਦੇ ਵਿੱਚ, ਇੱਕ ਹੈਗੇ ਸਰਦਾਰ ਗੁਰਮੀਤ ਸਿੰਘ ਖੁੱਟੀਆਂ, ਦੂਜੇ ਹੈਗੇ ਕਰਤਾਰਪੁਰ ਦੇ MLA ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਬਣੇ ਆ ਬਲਕਾਰ ਸਿੰਘ, ਜਿਹੜੇ ਖੁੱਡੀਆਂ ਸਾਹਿਬ ਆ ਉਹਨਾਂ ਦੇ ਕੋਲ ਹੈਗਾ ਜੀ ਪਸ਼ੂ ਪਾਲਣ ਮਹਿਕਮਾ, ਖੇਤੀਬਾੜੀ ਮਹਿਕਮਾ ਤੇ ਪੰਚਾਇਤ ਮਹਿਕਮਾ ਉਹਨਾਂ ਨੂੰ ਮਿਲਿਆ, ਤੇ ਜਿਹੜੇ ਹੈਗੇ ਬਲਕਾਰ ਸਿੰਘ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਜੀ ਸਥਾਨਕ ਸਰਕਾਰਾਂ ਵਾਲਾ ਤੇ ਇੱਕ ਹੋਰ ਆ। ਪਰ ਦੇਖੋ ਇਹ ਬੜੇ ਵੱਡੇ ਮਹਿਕਮੇ ਜਿਹੜੇ ਖੁੱਡੀਆਂ ਸਾਹਿਬ ਕੋਲ ਆ, ਵੀ ਪਸ਼ੂ ਪਾਲਣ ਮਹਿਕਮਾ ਵੀ,
ਪੰਚਾਇਤ ਮਹਿਕਮਾ ਵੀ, ਖੇਤੀਬਾੜੀ ਮਹਿਕਮਾ, ਖਾਸ ਕਰਕੇ ਖੇਤੀਬਾੜੀ ਮਹਿਕਮਾ ਤਾਂ ਬਹੁਤ ਜ਼ਿਆਦਾ ਹੀ ਮਹੱਤਵਪੂਰਨ ਹੈ, ਕਿਉਂਕਿ ਇਹ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਖੇਤੀ ਵਾਲਾ ਮਹਿਕਮਾ ਉਹਨਾਂ ਦੇ ਕੋਲ ਆਇਆ। ਤੇ ਪਰ ਗੱਲ ਇਹ ਜੀ ਕਿ ਹੁਣ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੇ, ਜਿਹਨਾਂ ਦੇ ਕੋਲ ਹੁਣ NRI ਮਹਿਕਮਾ, ਇਹਨਾਂ ਦੇ ਕੋਲ ਦੋ ਮਹਿਕਮੇ ਆ ਤੇ ਦੋ ਮਹਿਕਮੇ ਇਹਨਾਂ ਦੇ ਕੋਲ ਵਾਪਸ ਲੈ ਲਏ ਆ। ਉਹਨਾਂ ਦੇ ਵਿੱਚੋਂ ਇੱਕ ਖੇਤੀਬਾੜੀ ਮਹਿਕਮਾ ਵੀ ਲੈ ਲਿਆ ਤੇ ਇੱਕ ਪੰਚਾਇਤ ਮਹਿਕਮਾ ਵੀ ਲੈ ਲਿਆ। ਤੇ ਕੁਲਦੀਪ ਸਿੰਘ ਧਾਲੀਵਾਲ ਨੇ ਜਿਹੜੇ ਉਹ ਵਿਅਕਤੀ ਆ ਜਿਹਨਾਂ ਦਾ ਕੱਦ ਘਟਾ ਦਿੱਤਾ ਗਿਆ, ਉਹ ਕਾਰਨ ਨਹੀਂ ਪਤਾ ਵੀ ਕਿਉਂ ਘਟਾ ਦਿੱਤਾ ਗਿਆ, ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਤਾਂ ਅਸੀਂ ਹੁਣ ਤੱਕ ਇਹੀ ਦੇਖਿਆ ਨਾ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਰਗਰਮ ਦੇਖਿਆ। ਉਹਨਾਂ ਦੇ ਵੱਲੋਂ ਵੱਖ ਵੱਖ ਪਿੰਡਾਂ ਦੇ ਵਿੱਚੋਂ ਪੰਚਾਇਤੀ ਜ਼ਮੀਨਾਂ ਛੁਡਵਾਈਆਂ ਗਈਆਂ, ਉਹਨਾਂ ਦੇ ਵੱਲੋਂ ਵੱਖ ਵੱਖ ਥਾਵਾਂ ਦੇ ਉੱਤੇ ਆਪਾਂ ਜਾਣਦੇ ਵੀ ਕੰਮ ਕਾਜ ਬਹੁਤ ਵਧੀਆ ਕੀਤਾ ਗਿਆ, ਉਹ ਖੇਤੀਬਾੜੀ ਮੰਤਰੀ ਦੇ ਤੌਰ ਦੇ ਉੱਤੇ ਵੀ ਬਹੁਤ ਵਧੀਆ ਵਿਚਰਦੇ ਰਹੇ ਆ। ਸੋ ਪਤਾ ਨਹੀਂ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣੀ ਇਹ ਗੱਲ ਵੀ ਉਹਨਾਂ ਦਾ ਕੱਦ ਕਿਹੜੀ ਗੱਲੋਂ ਘਟਾ ਦਿੱਤਾ ਗਿਆ, ਉਹਨਾਂ ਦੇ ਕੋਲੋਂ ਇਹ ਮਹੱਤਵਪੂਰਨ ਅਹੁਦੇ ਮਹੱਤਵਪੂਰਨ ਰੁਤਬੇ ਕਿਉਂ ਵਾਪਸ ਲੈ ਲਏ ਗਏ ਆ। ਤੇ ਬਾਕੀ ਭਾਈ ਜਿਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਆ, ਤੇ ਇੱਕ ਦੂਜੇ ਦੇ ਕੋਲੋਂ ਲੈ ਕੇ ਮਹਿਕਮੇ ਫੇਰ ਹੀ ਅੱਗੇ ਦਿੱਤੇ ਜਾਂਦੇ ਆ। ਤੇ ਪਰ ਇਹ ਹੈ ਜੀ ਖੁੱਡੀਆਂ ਸਾਹਿਬ ਨੇ ਜਿਹੜੇ ਉਹ ਬਹੁਤ ਇਮਾਨਦਾਰ ਵੀ ਆ, ਬਹੁਤ ਸਾਊ ਵੀ ਆ, ਉਹਨਾਂ ਤੋਂ ਬਹੁਤ ਜ਼ਿਆਦਾ ਆਸਾਂ ਵੀ ਆ। ਦੋ ਵਾਰ ਇਹਨਾਂ ਨੂੰ ਪਹਿਲਾਂ ਵੀ ਮੰਤਰੀ ਬਣਾਉਣ ਦੀ ਚਰਚਾ ਚੱਲੀ ਸੀ ਪਰ ਐਨ ਮੌਕੇ ਦੇ ਉੱਤੇ ਇਹਨਾਂ ਦਾ ਨਾਂ ਡਰੋਪ ਕਰ ਦਿੱਤਾ ਜਾਂਦਾ ਸੀ। ਹੁਣ ਇਹਨਾਂ ਨੂੰ ਮੌਕਾ ਮਿਲਿਆ ਤੇ ਲੰਘੇ ਕੱਲ ਰਾਜਪਾਲ ਆ ਜਿਹੜੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਹੁੰ ਚੁਕਾਈ ਗਈ ਆ, ਤੇ ਉੱਥੇ ਭਗਵੰਤ ਮਾਨ ਤੇ ਹੋਰ ਵੱਖ ਵੱਖ ਸੀਨੀਅਰ ਲੀਡਰਸ਼ਿਪ ਦੇ ਆਗੂ ਵੀ ਸੀਗੇ। ਤੇ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਸਰਕਾਰ ਆ ਉਹ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਤੇ ਖੁੱਡੀਆਂ ਸਾਹਿਬ ਨੇ ਇੱਕ ਗੱਲ ਕਹੀ ਹੈ ਕੱਲ ਮੰਤਰੀ ਬਣਨ ਸਾਰ ਸਹੁੰ ਚੁੱਕਣ ਸਾਰ, ਉਹਨਾਂ ਨੇ ਕਿਹਾ ਜੀ ਕਿ ਉਦੋਂ ਹਾਲੇ ਵਿਭਾਗਾਂ ਦੀ ਵੰਡ ਹੋਈ ਨਹੀਂ ਸੀ, ਪਰ ਉਹਨਾਂ ਨੇ ਗੱਲ ਕਹੀ ਸੀ ਵੀ ਮੈਂ ਭਾਵੇਂ ਮੰਤਰੀ ਬਣ ਗਿਆ ਪਰ ਮੈਂ ਚੱਲੂੰਗਾ ਉਵੇਂ ਹੀ ਜਿਵੇਂ ਮੇਰੇ ਅਸੂਲ ਆ, ਤੇ ਜੇ ਮੈਂ ਆਪਦੇ ਅਸੂਲਾਂ ਤੋਂ ਥਿੜਕਦਾ ਹੋਇਆ ਤਾਂ ਮੈਨੂੰ ਮੰਤਰੀ ਮੰਡਲ ਵਾਲਾ ਅਹੁਦਾ ਛੱਡਣਾ ਮਨਜ਼ੂਰ ਹੋਊਗਾ। ਮੈਂ ਅਸੂਲੀ ਬੰਦਾ, ਅਸੂਲਾਂ ਦੇ ਮੁਤਾਬਕ ਚੱਲੂੰਗਾ ਤੇ ਮੈਂ ਇਮਾਨਦਾਰੀ ਦੀ ਗੱਲ ਕੀਤੀ ਹੈ ਤੇ ਇਮਾਨਦਾਰੀ ਦੀ ਗੱਲ ਕਰਦਾ ਰਹੂੰਗਾ। ਸੋ ਇਹ ਜੀ ਉਹਨਾਂ ਦਾ ਇੱਕ ਜਜ਼ਬਾ, ਇਹ ਉਹਨਾਂ ਦਾ ਇੱਕ ਸਿਰੜਾ, ਉਹਨਾਂ ਨੂੰ ਸਲਾਮ ਆ ਤੇ ਉਹ ਭਵਿੱਖ ਦੇ ਵਿੱਚ ਬਹੁਤ ਵਧੀਆ ਆਪਣੇ ਮਹਿਕਮੇ ਦੇ ਵਿੱਚ ਕੰਮ ਕਰਨ, ਇਹਦੀ ਅਸੀਂ ਕਾਮਨਾ ਕਰਦੇ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਪਰ ਸਰ ਜਿਹੜਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਰਾਂ ਨੂੰ ਮੰਤਰੀ ਮੰਡਲ ਚੋਂ ਲਾਂਭੇ ਕੀਤਾ ਗਿਆ, ਕਹਿੰਦੇ ਉਹਦੇ ਉੱਪਰ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਹਾਂ ਬਿਲਕੁਲ ਜੀ, ਦੇਖੋ ਜਿਸ ਤਰੀਕੇ ਦੇ ਨਾਲ ਨਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਜਿਹੜੇ ਕਿ ਸਥਾਨਕ ਸਰਕਾਰਾਂ ਮਹਿਕਮਾ ਜਿਹਨਾਂ ਦੇ ਕੋਲ ਸੀ ਉਹਨਾਂ ਨੂੰ ਲਾਂਭੇ ਕੀਤਾ ਗਿਆ ਕਿਉਂਕਿ ਉਹਨਾਂ ਦੇ ਕੋਲੋਂ ਅਸਤੀਫਾ ਲਿਆ ਗਿਆ ਜਾਂ ਉਹਨਾਂ ਨੇ ਦੇ ਦਿੱਤਾ, ਇਹ ਲੋਕਾਂ ਦੇ ਵਿੱਚ ਚਰਚਾ ਚੱਲੀ ਆ। ਪਰ ਸੁਖਪਾਲ ਖਹਿਰਾ ਹੋਰਾਂ ਨੇ ਗੱਲ ਕਹੀ ਆ ਵੀ ਬਾਂਹ ਮਰੋੜ ਕੇ ਅਸਤੀਫਾ ਲਿਆ ਗਿਆ। ਹੁਣ ਗੱਲ ਇਹ ਵੀ ਇਹਨਾਂ ਨੇ ਅਸਤੀਫਾ ਕਿਉਂ ਦਿੱਤਾ ਜਾਂ ਇਹਨਾਂ ਦੇ ਕੋਲੋਂ ਅਸਤੀਫਾ ਕਿਉਂ ਲਿਆ ਗਿਆ, ਤਿੰਨ ਕਾਰਨ ਵੱਖੋ ਵੱਖਰੇ ਮੰਨੇ ਜਾ ਰਹੇ ਆ। ਪਹਿਲਾ ਕਾਰਨ ਇਹ ਮੰਨਿਆ ਜਾ ਰਿਹਾ, ਅੰਦਾਜ਼ੇ ਲੱਗ ਰਹੇ ਆ ਵੀ ਸ਼ਾਇਦ ਇਹਨਾਂ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਪੱਖ ਦੇ ਵਿੱਚ ਬੋਲਿਆ। ਇਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਕੀ ਕਹੋਗੇ ਜੰਗੇ ਆਜ਼ਾਦੀ ਯਾਦਗਾਰ ਦੇ ਉੱਤੇ, ਕਹਿੰਦੇ ਵੀ ਉਹਦੇ ਵਿੱਚ ਕੋਈ ਇੱਦਾਂ ਦੀ ਗੜਬੜੀ ਹੋਈ ਆ ਤੇ ਡਾਕਟਰ ਹਮਦਰਦ ਦੇ ਉੱਤੇ ਕਾਰਵਾਈ ਆ। ਤੇ ਉਹ ਕਹਿੰਦੇ ਜੀ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਗਾ, ਇਹ ਠੇਕੇਦਾਰਾਂ ਦੀ, ਇਹ ਹੋਰ ਜਿਹੜੇ ਕੰਮ ਕਾਜ ਕਰਨ ਵਾਲੇ ਲੋਕ ਉਹਨਾਂ ਦੀ ਗਲਤੀ ਹੋ ਸਕਦੀ ਹੈ ਜੇ ਹੋਵੇ ਤਾਂ। ਹਾਲਾਂਕਿ ਉਹ ਕਹਿੰਦੇ ਜੀ ਮੇਰੇ ਕੋਲ ਮਹਿਕਮਾ ਨਹੀਂ ਹੈਗਾ ਇਹ, ਪਰ ਡਾਕਟਰ ਹਮਦਰਦ ਸਾਹਿਬ ਤਾਂ ਪਲੈਨਿੰਗ ਕਰਨ ਵਾਲੇ ਆ, ਉਹਨਾਂ ਨੇ ਤਾਂ ਇਹੋ ਜਿਹਾ ਕੁਛ ਨਹੀਂ ਕੀਤਾ ਹੋਣਾ। ਤੇ ਬਾਕੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਤਾਂ ਭਾਈ ਅਸਲ ਗੱਲ, ਅਸਲ ਕਾਰਨ ਤਾਂ ਵਿਜੀਲੈਂਸ ਡਿਪਾਰਟਮੈਂਟ ਮੇਰੇ ਕੋਲ ਨਹੀਂ ਆ, ਵੀ ਉਹ ਹੀ ਜਾਣ ਸਕਦੇ ਆ। ਦੂਜੀ ਗੱਲ ਉਹਨਾਂ ਦੀ ਬਾਰੇ ਇਹ ਗੱਲ ਕਹੀ ਜਾ ਰਹੀ ਆ ਵੀ ਸਥਾਨਕ ਸਰਕਾਰਾਂ ਮਹਿਕਮੇ ਦੇ ਤਹਿਤ ਆਉਂਦਾ ਹੁੰਦਾ ਵਾਰਡਬੰਦੀ ਦਾ ਕੰਮ, ਕਿਉਂਕਿ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਇਹਨਾਂ ਦੇ ਵੱਲੋਂ ਕਰਵਾਈਆਂ ਜਾਣੀਆਂ ਹੁੰਦੀਆਂ ਇਸ ਮਹਿਕਮੇ ਦੇ ਵੱਲੋਂ, ਤੇ ਹਾਲੇ ਤੱਕ ਵਾਰਡਬੰਦੀ ਦਾ ਕੰਮ ਮੁਕੰਮਲ ਨਹੀਂ ਹੋਇਆ, ਕਹਿੰਦੇ ਵੀ ਸਰਕਾਰ ਸ਼ਾਇਦ ਇਸ ਗੱਲੋਂ ਨਾ ਖੁਸ਼ ਆ। ਤੀਜਾ ਕਾਰਨ ਇਹ ਮੰਨਿਆ ਜਾ ਰਿਹਾ ਬਈ ਜਿਹੜੇ ਹੋਟਲਾਂ ਦੀਆਂ ਹੋਰ ਇਮਾਰਤਾਂ ਦੀਆਂ ਨਜਾਇਜ਼ ਉਸਾਰੀਆਂ ਜਿਹੜੀਆਂ ਉਹ ਰੋਕਣ ਦੇ ਵਿੱਚ ਯੋਗਦਾਨ ਪਾਉਣਾ ਹੁੰਦਾ, ਉਹ ਰੁਕੀਆਂ ਨਹੀਂ, ਉਹ ਉਵੇਂ ਹੀ ਸਾਰਾ ਕੁਝ ਚੱਲ ਰਿਹਾ, ਤੇ ਸਰਕਾਰ ਇਸ ਗੱਲ ਤੋਂ ਕਹਿੰਦੇ ਮਾਯੂਸ ਸੀ, ਨਿਰਾਸ਼ ਸੀ। ਇਹ ਤਿੰਨ ਕਾਰਨ ਕਹਿੰਦੇ ਆ ਵੀ ਇਹਨਾਂ ਦੇ ਕਰਕੇ ਹੀ ਇਹਨਾਂ ਨੂੰ ਲਾਂਭੇ ਹੋਣਾ ਪਿਆ। ਹੁਣ ਇਹ ਤਿੰਨੇ ਕਾਰਨ ਹੀ ਜ਼ਿੰਮੇਵਾਰ ਆ, ਤਿੰਨਾਂ ਦੇ ਵਿੱਚੋਂ ਇੱਕ ਜ਼ਿੰਮੇਵਾਰ ਆ ਜਾਂ ਫਿਰ ਕਿਹੜਾ ਜ਼ਿੰਮੇਵਾਰ ਆ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਵਿਰੋਧੀ ਪਾਰਟੀਆਂ ਨੇ ਤਾਂ ਇਹ ਗੱਲ ਕਹੀ ਆ ਕਿ ਡਾਕਟਰ ਨਿੱਜਰ ਸਾਹਿਬ ਨੇ ਜਿਹੜੇ ਗੁਰਸਿੱਖ ਵਿਅਕਤੀ ਆ, ਇਮਾਨਦਾਰ ਬੰਦੇ ਆ, ਧੱਕਾ ਹੋਇਆ ਉਹਨਾਂ ਦੇ ਨਾਲ, ਸਿਰਫ ਸੱਚ ਬੋਲਣ ਦੇ ਕਰਕੇ ਧੱਕਾ ਹੋਇਆ। ਪਰ ਡਾਕਟਰ ਨਿੱਜਰ ਸਾਹਿਬ ਨੇ ਹਾਲੇ ਤੱਕ ਕੁਛ ਨਹੀਂ ਕਿਹਾ, ਉਹ ਹੁਣ ਸਿਰਫ ਵਿਧਾਇਕ ਆ ਜਿਵੇਂ ਕਿ ਬਾਕੀ ਵਿਧਾਇਕ ਆ, ਤੇ ਬਾਕੀ ਉਹਨਾਂ ਦੇ ਕੋਲ ਜਦੋਂ ਉਹਦਾ ਵਾਪਸ ਲੈ ਗਿਆ ਜਾਂ ਤਾਂ ਉਹ ਵੀ ਬੋਲਣ ਵੀ ਭਾਈ ਮੇਰੇ ਕੋਲ ਕਸੂਰ ਕੀ ਸੀ, ਮੈਂ ਤਾਂ ਕੰਮ ਇਮਾਨਦਾਰੀ ਨਾਲ ਕੀਤਾ, ਮੈਨੂੰ ਕਿਹੜੀ ਗੱਲ ਦੀ ਸਜ਼ਾ ਮਿਲੀ ਆ। ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਕੁਝ ਵੀ ਨਹੀਂ ਕਿਹਾ, ਉਹ ਇਸ ਵਿਸ਼ੇ ਦੇ ਉੱਤੇ ਚੁੱਪ ਆ। ਹਾਂ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਵੀ ਹੋ ਸਕਦਾ ਇਹਦੇ ਪਿੱਛੇ ਕਾਰਨ ਇਹ ਹੋਵੇ
ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਹੁਤ ਜਲਦ ਹੋਣੀਆਂ ਤੇ ਡਾਕਟਰ ਨਿੱਜਰ ਸਾਹਿਬ ਨੂੰ ਉੱਥੇ ਮੂਹਰੇ ਕੀਤਾ ਜਾ ਰਿਹਾ ਹੋਵੇ ਵੀ ਭਾਈ ਤੁਸੀਂ ਇੱਧਰਲੇ ਪਾਸੇ ਤਿਆਰੀ ਕਰੋ, ਕਿਉਂਕਿ ਪਤਾ ਲੱਗਾ ਨਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਇਹਦੇ ਲਈ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਤੇ ਵੋਟਰਾਂ ਦੀ ਵਿੱਚ ਸੁਧਾਈ ਕਰਨ ਦੇ ਲਈ ਤੇ ਵੋਟਾਂ ਬਣਾਉਣ ਦੇ ਲਈ ਤੇ ਉਹਦੇ ਵਿੱਚ ਜੋ ਵੀ ਜੋ ਪ੍ਰਕਿਰਿਆ ਹੁੰਦੀ ਆ ਤੇ ਉਹਦੇ ਲਈ ਕਹਿ ਦਿੱਤਾ ਗਿਆ ਵੀ ਸ਼ਾਇਦ ਉਧਰਲੇ ਪਾਸੇ ਵੀ ਜ਼ਿੰਮੇਵਾਰੀ ਕੋਈ ਹੋਵੇ ਜੀ। ਜੀ ਸਮਾਂ ਸਭ ਕੁਝ ਬਿਆਨ ਕਰ ਦਊਗਾ ਕਿ ਕੀ ਹੁੰਦਾ ਕੀ ਨਹੀਂ। ਉਧਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੱਲ ਕਰਦੇ ਹਾਂ ਜੀ। ਬਾਜਵਾ ਸਾਹਿਬ ਬਹੁਤ ਗੁੱਸੇ ਦੇ ਵਿੱਚ ਨੇ ਔਰ ਉਹ ਕਹਿੰਦੇ ਕਿ ਭੁੱਲ ਜਾਓ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਊਗਾ। ਹਾਂ ਬਿਲਕੁਲ ਜੀ, ਦੇਖੋ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ, ਉਹ ਕਹਿੰਦੇ ਵੀ ਤਾਂ ਭੁੱਲ ਜਾਓ ਗੱਠਜੋੜ ਵਾਲੀ ਗੱਲ, ਇਹਨਾਂ ਦੇ ਨਾਲ ਤਾਂ ਭੁੱਲ ਜਾਓ। ਕੱਲ੍ਹ ਪੱਤਰਕਾਰਾਂ ਨੇ ਸਵਾਲ ਕੀਤਾ ਕਹਿੰਦੇ ਵੀ ਕੀ ਕਹੋਗੇ ਤੁਸੀਂ ਇਸ ਵਿਸ਼ੇ ਦੇ ਉੱਤੇ, ਵੀ ਕਿਉਂਕਿ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਚਰਚਾ ਇਹ ਚੱਲੀ ਹੈ ਜੀ ਕਿ ਤੁਹਾਡੀ ਪਾਰਟੀ ਹੈ ਜਿਹੜੀ ਉਹ ਤਾਂ ਆਮ ਆਦਮੀ ਪਾਰਟੀ ਨਾਲ ਦਿੱਲੀ ਦੇ ਵਿੱਚ ਗੱਠਜੋੜ ਕਰ ਸਕਦੀ ਆ, ਤਾਂ ਉਹਨਾਂ ਨੇ ਖਿੱਚ ਕੇ ਗੱਲ ਕਹੀ ਵੀ ਭੁੱਲ ਜਾਓ ਇਸ ਗੱਲ ਨੂੰ ਤਾਂ ਬਿਲਕੁਲ ਹੀ ਭੁੱਲ ਜਾਓ, ਨਾ ਗੱਠਜੋੜ ਹੋਇਆ ਤੇ ਨਾ ਗੱਠਜੋੜ ਹੋਊਗਾ ਤੇ ਨਾ ਗੱਠਜੋੜ ਹੋਣਾ ਚਾਹੀਦਾ। ਉਹ ਕਹਿੰਦੇ ਇਹ ਨਹੀਂ ਹੋਊਗਾ ਵੀ ਪੰਜਾਬ ਦੇ ਵਿੱਚ ਤਪਾਈ ਜਾਂਦੇ ਆ, ਕਦੇ ਧੱਕਾ ਕਰ ਲਿਆ ਕਿਹਦੇ ਨਾਲ, ਕਦੇ ਵਿਜੀਲੈਂਸ ਨੇ ਉਹਨੂੰ ਚੱਕ ਲਿਆ, ਕਦੇ ਉਹਨੂੰ ਐਂ ਕਰਤਾ ਆਹ ਕਰਤਾ ਉਹ ਕਰਤਾ, ਤੇ ਦਿੱਲੀ ਦੇ ਵਿੱਚ ਗੱਠਜੋੜ ਹੋਵੇ ਤਾਂ ਭੁੱਲ ਹੀ ਜਾਓ ਤੁਸੀਂ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੱਲ੍ਹ ਟਿੱਪਣੀ ਕੀਤੀ ਆ ਵੀ ਭਾਈ ਗੱਠਜੋੜ ਤਾਂ ਅਸੀਂ ਹੋਣ ਹੀ ਨਹੀਂ ਦੇਣਾ ਗਾ। ਉਹ ਕਹਿੰਦੇ ਵੀ ਮੈਂ ਤਾਂ ਹਾਈਕਮਾਂਡ ਨੂੰ ਇਹ ਵੀ ਗੱਲ ਕਹੂੰਗਾ ਵੀ ਇਹਨਾਂ ਦਾ ਪਰਛਾਵਾਂ ਲੈਣਾ ਵੀ ਮਾੜਾ, ਇਹਨਾਂ ਨੂੰ ਸਾਹਮਣੇ ਦਿਸ ਗਏ ਤਾਂ ਵੀ ਕੋਈ ਨਾ ਕੋਈ ਨੁਕਸਾਨ ਹੋਊਗਾ, ਇਸ ਕਰਕੇ ਗੱਠਜੋੜ ਤਾਂ ਨਹੀਂ ਹੁੰਦਾ। ਪੱਤਰਕਾਰਾਂ ਨੇ ਕਿਹਾ ਵੀ ਤੁਸੀਂ ਦੱਸੋ ਵੀ ਜਿਹੜੇ ਹਾਈਕਮਾਨ ਆ ਜਿਹੜੀ ਉਹਦੇ ਬਾਰੇ ਕੀ ਕਹੋਗੇ? ਉਹ ਕਹਿੰਦੇ ਹਾਈਕਮਾਨ ਕਿਹੜਾ ਸਾਡੇ ਤੋਂ ਬਾਹਰ ਆ, ਸਾਡੀ ਹਾਈਕਮਾਨ ਆ, ਅਸੀਂ ਹਾਈਕਮਾਨ ਨੂੰ ਵੀ ਕਹਿ ਦਿਆਂਗੇ ਸਾਰਾ ਕੁਝ ਕਹਿ ਦਿਆਂਗੇ, ਪਰ ਭੁੱਲ ਜਾਓ ਵੀ ਇਹ ਗੱਠਜੋੜ ਹੋਊਗਾ। ਸੋ ਇਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਉਹਨਾਂ ਨੇ ਕਹੀਆਂ। ਸੋ ਕੱਲ੍ਹ ਉਹਨਾਂ ਨੇ ਬਿਲਕੁਲ ਬ੍ਰੇਕ ਲਾਤੀ ਇਸ ਗੱਲ ਦੇ ਉੱਤੇ ਵੀ ਭਾਈ ਗੱਠਜੋੜ ਨਾਂ ਦੀ ਕੋਈ ਚੀਜ਼ ਹੋ ਸਕਦੀ ਆ। ਜੀ ਬਿਲਕੁਲ। ਤੇ ਸਰ ਵੈਸੇ ਪੰਜਾਬ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ, ਸੋ ਸੁਰੱਖਿਆ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਦਿੱਤਾ ਗਿਆ। ਹਾਂ ਬਿਲਕੁਲ ਜੀ, ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਉਹ ਅਲਰਟ ਜਾਰੀ ਕੀਤਾ ਗਿਆ, ਉਹਦਾ ਕਾਰਨ ਇਹ ਆ ਵੀ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਤੇ ਉਦੋਂ ਇਹ ਸਾਰਾ ਕੁਝ ਹੁੰਦਾ, ਕਿਉਂਕਿ ਆਪਾਂ ਜਾਣਦੇ ਵੀ ਜੂਨ ਦੇ ਮਹੀਨੇ ਦੇ ਵਿੱਚ ਕਈ ਤਰ੍ਹਾਂ ਦੀਆਂ ਤਲਖੀਆਂ, ਕਈ ਤਰ੍ਹਾਂ ਦੇ ਡਰ ਆ ਜਿਹੜੇ ਉਹ ਸਰਕਾਰਾਂ ਦੇ ਮਨ ਦੇ ਵਿੱਚ ਵੀ ਹੁੰਦੇ ਆ, ਹੋਰ ਲੋਕਾਂ ਦੇ ਮਨ ਦੇ ਵਿੱਚ ਵੀ ਹੁੰਦੇ ਆ। ਸੋ ਇਸ ਕਰਕੇ ਜੂਨ ਦੇ ਇਹ ਮਹੀਨੇ ਦੇ ਵਿੱਚ, ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਇਸ ਗੱਲ ਦੀ ਚੌਕਸੀ ਵਧਾਈ ਜਾਂਦੀ ਵੀ ਕੁਝ ਅਣਸੁਖਾਵਾਂ ਨਾ ਵਾਪਰ ਜਾਵੇ। ਉਸੇ ਲੜੀ ਦੇ ਤਹਿਤ ਹੀ ਜਿਹੜਾ ਇਹ ਸਾਰਾ ਕੁਝ ਹੋਇਆ ਹੁਣ। ਤੇ ਅਗਲੀ ਗੱਲ ਇਹ ਮਹੱਤਵਪੂਰਨ ਵੀ ਭਾਈ ਲੰਘੇ ਕੱਲ੍ਹ ਪੰਜਾਬ ਜਿਹੜੇ DGP ਸਾਹਿਬ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੂਨ ਮਹੀਨੇ ਦੇ ਮੱਦੇਨਜ਼ਰ ਅਸੀਂ ਆਪਣੇ ਵੱਲੋਂ, ਉਹ ਕਹਿੰਦੇ ਵੀ ਭਾਈ ਪੂਰੀ ਚੌਕਸੀ ਵਧਾ ਦਿੱਤੀ ਆ, ਪੁਲਿਸ ਨੂੰ ਅਲਰਟ ਦੇ ਉੱਤੇ ਕਰ ਦਿੱਤਾ, ਪੁਲਿਸ ਆ ਜਿਹੜੀ ਉਹ ਹਰ ਥਾਂ ਦੇ ਉੱਤੇ ਅਲਰਟ ਤੇ ਆ, ਤੇ ਅੰਮ੍ਰਿਤਸਰ ਦੇ ਵਿੱਚ ਵੀ ਉਹਨਾਂ ਨੇ ਕਿਹਾ ਜੀ ਕਿ ਚੌਕਸੀ ਪੂਰੀ ਵਧਾ ਦਿੱਤੀ ਗਈ ਆ। ਉਸ ਤੋਂ ਅਗਲੀ ਗੱਲ ਇਹ ਆ ਵੀ ਪੁਲਿਸ ਆ ਜਿਹੜੀ ਉਹ ਹਰ ਸਾਲ ਹੀ ਵੈਸੇ ਤੱਕ ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ, ਪਰ ਪੁਲਿਸ ਆ ਜਿਹੜੀ ਜਾਂ ਸਰਕਾਰ ਆ ਜਿਹੜੀ ਉਹ ਹਰ ਸਾਲ ਜੂਨ ਮਹੀਨੇ ਦੇ ਵਿੱਚ, ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਜਿਹੜੀ ਪੂਰੀ ਚੌਕਸ ਰਹਿੰਦੀ ਆ, ਪੁਲਿਸ ਪੂਰੀ ਚੌਕਸ ਰਹਿੰਦੀ ਆ, ਕਿਉਂਕਿ ਕੋਈ ਸ਼ਰਾਰਤੀ ਤੱਤ, ਕੋਈ ਵੀ ਅਣਸੁਖਾਵੇਂ ਤੱਤ ਆ ਜਿਹੜੇ ਉਹ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰਨ, ਤੇ ਇਹ ਸਮੇਂ ਦੀ ਜ਼ਰੂਰਤ ਹੀ ਹੁੰਦੀ ਆ, ਕਿਉਂਕਿ ਕਈ ਜਥੇਬੰਦੀਆਂ, ਕਈ ਲੋਕ ਆਪੋ ਆਪਣੀ ਸੋਚ ਦੇ ਮੁਤਾਬਕ ਹੁੰਦੇ ਆ, ਉਹਨਾਂ ਦੇ ਵੱਲੋਂ ਕੁਝ ਅਣਸੁਖਾਵਾਂ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ, ਪਰ ਪੁਲਿਸ ਦੇ ਵੱਲੋਂ ਗੱਲ ਕਹੀ ਗਈ ਆ ਵੀ ਇਹੋ ਜਿਹਾ ਕੁਝ ਨਹੀਂ ਹੋਣ ਦਿਆਂਗੇ। ਜੀ ਪਰ ਸਰ ਉੱਧਰ ਗੋਇੰਦਵਾਲ ਸਾਹਿਬ ਤੋਂ ਬਹੁਤ ਜ਼ਿਆਦਾ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ, ਕਹਿੰਦੇ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਖੂਨੀ ਝੜਪ ਹੋਈ ਹੈ ਜੀ। ਹਾਂ ਬਿਲਕੁਲ ਜੀ, ਅੱਗੇ ਵੀ ਹੁੰਦੀ ਰਹਿੰਦੀ ਹੈ, ਹੈਰਾਨੀ ਹੁੰਦੀ ਹੈ ਵੀ ਭਾਈ ਇੱਥੇ ਤਾਂ ਹਰ, ਮੇਰਾ ਖਿਆਲ ਵੀ ਕੋਈ ਮਹੀਨਾ ਹੁੰਦਾ ਹੀ ਨਹੀਂ ਗਾ ਐਸਾ ਵੀ ਭਾਈ ਜਦੋਂ ਕੋਈ ਖੂਨੀ ਝੜਪ ਨਾ ਹੋਈ ਹੋਵੇ, ਤੇ ਉਸੇ ਤਰ੍ਹਾਂ ਹੀ ਇੱਕ ਵਾਰ ਫਿਰ ਝੜਪ ਹੋਈ ਆ। ਇਹਦੇ ਉੱਤੇ ਹੈਰਾਨੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਤੇ ਕਿਵੇਂ ਕਿਵੇਂ ਚੱਲ ਰਿਹਾ। ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਬਈ ਲੰਘੇ ਕੱਲ ਗੋਇੰਦਵਾਲ ਸਾਹਿਬ ਜਿਹੜੀ ਜੇਲ੍ਹ ਆ ਇਹਦੇ ਵਿੱਚ ਦੋ ਜਣੇ ਆਪਸ ਦੇ ਵਿੱਚ ਭਿੜੇ ਆ, ਇੱਕ ਜਣੇ ਨੇ ਦੂਜੇ ਉੱਤੇ ਇੰਨਾ ਖਤਰਨਾਕ ਹਮਲਾ ਕੀਤਾ ਕਿ ਉਹਦਾ ਅੰਗੂਠਾ ਹੀ ਲਾ ਕੇ ਸੁੱਟ ਦਿੱਤਾ ਗਿਆ ਤੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹੜਾ ਕਿ ਜ਼ਖਮੀ ਹੈਗਾ। ਸੋ ਇਹ ਉਹੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਆ ਜਿਹਦੇ ਵਿੱਚ ਪਿਛਲੇ ਦਿਨੀ ਜਿਹੜੇ ਗੈਂਗਸਟਰਾਂ ਨੇ ਦੋ ਗਰੁੱਪ ਆਪਸ ਦੇ ਵਿੱਚ ਲੜੇ ਸੀ ਤੇ ਦੋਵਾਂ ਦਾ ਜੇਲ੍ਹ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਕਰਨ ਤੋਂ ਬਾਅਦ ਲਾਸ਼ਾਂ ਦੇ ਮੂਹਰੇ ਕਤਲ ਕਰਨ ਵਾਲਿਆਂ ਨੇ ਖੜ ਕੇ ਤੇ ਵੀਡੀਓ ਬਣਾ ਕੇ ਗੱਲ ਕਹੀ ਸੀ ਕਿ ਹਾਂ ਅਸੀਂ ਮਾਰਤੇ ਆ। ਇੱਕ ਜਣੇ ਨੇ ਕਿਹਾ ਸੀ, ਅੰਕਿਤ ਸੇਰਸਾ ਨੇ ਕਿਹਾ, ਉਹ ਜਿਹੜਾ ਸਿੱਧੂ ਮੂਸੇਵਾਲੇ ਦਾ ਵੀ ਕਤਲ ਅਸੀਂ ਕੀਤਾ, ਫਿਰ ਕਈ ਗੱਲਾਂ ਹੋਰ ਵੀ ਉਹਨਾਂ ਨੇ ਕਹੀਆਂ ਸੀਗੀਆਂ। ਮਤਲਬ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਸ ਤਰੀਕੇ ਦੀ ਗੈਂਗਵਾਰ, ਇਸ ਤਰੀਕੇ ਦੀਆਂ ਲੜਾਈ ਝਗੜੇ ਦੀਆਂ ਖਬਰਾਂ
ਆਉਂਦੀਆਂ ਰਹਿਣਗੀਆਂ ਤੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਹ ਪਤਾ ਨਹੀਂ ਕਿਹੜੇ ਮੋੜ ਦੇ ਉੱਤੇ ਜਾ ਕੇ ਰੁਕਣਗੀਆਂ, ਪਰ ਹੈਰਾਨ ਜ਼ਰੂਰ ਕਰਦੀਆਂ। ਕਦੇ ਜੇਲ੍ਹਾਂ ਦੇ ਵਿੱਚੋਂ ਨਸ਼ੇ ਮਿਲ ਜਾਂਦੇ ਆ, ਕਦੇ ਜੇਲ੍ਹਾਂ ਦੇ ਵਿੱਚ ਮੋਬਾਈਲ ਚੱਲਦੇ ਆ, ਕਦੇ ਜੇਲ੍ਹਾਂ ਦੇ ਵਿੱਚ ਗੈਂਗਵਾਰ ਹੁੰਦੀ ਆ, ਕਦੇ ਜੇਲ੍ਹਾਂ ਦੇ ਵਿੱਚੋਂ ਫਰੌਤੀ ਦੇ ਫੋਨ ਆਉਂਦੇ ਆ, ਕਦੇ ਜੇਲ੍ਹਾਂ ਦੇ ਵਿੱਚੋਂ ਵੀਡੀਓ ਬਣਦੀਆਂ, ਕਦੇ ਜੇਲ੍ਹਾਂ ਦੇ ਵਿੱਚ ਕੋਈ ਅਧਿਕਾਰੀ ਆ ਜਿਹੜਾ ਨਸ਼ਾ ਪੱਤਾ ਲੈ ਜਾਂਦਾ ਫੜਿਆ ਜਾਂਦਾ। ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੇ ਕਿ ਬਹੁਤ ਵੱਡੇ ਵੱਡੇ ਸਵਾਲ ਸਮੇਂ ਸਮੇਂ ਤੇ ਖੜੇ ਹੁੰਦੇ ਆ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ। ਹੁਣ ਗੱਲ ਕਰਦੇ ਹਾਂ ਜੀ ਭਾਜਪਾ ਦੀ। ਕਹਿੰਦੇ ਭਾਜਪਾ 30 ਜੂਨ ਤੱਕ ਪੰਜਾਬ ਦੇ ਵਿੱਚ ਮਹਾ ਮੁਹਿੰਮ ਚਲਾਏਗੀ। ਹਾਂ ਬਿਲਕੁਲ ਜੀ, ਲੰਘੇ ਕੱਲ ਅਸ਼ਵਨੀ ਸ਼ਰਮਾ ਸਾਹਿਬ ਜਿਹੜੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਜਪਾ ਪੰਜਾਬ ਦੇ ਵਿੱਚ ਮਹਾ ਮੁਹਿੰਮ ਚਲਾ ਰਹੀ ਆ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਕੋਈ ਛੋਟੀ ਨਹੀਂ, ਬਹੁਤ ਵੱਡੇ ਪੱਧਰ ਦੀ ਇਹ ਮੁਹਿੰਮ ਹੋਊਗੀ। ਉਹਨਾਂ ਨੇ ਕਿਹਾ ਜੀ ਕਿ ਇਕੱਲੇ ਇਕੱਲੇ ਵਿਅਕਤੀ, ਇਕੱਲੀ ਇਕੱਲੀ ਗਲੀ, ਇਕੱਲੇ ਇਕੱਲੇ ਘਰ, ਇਕੱਲੇ ਇਕੱਲੇ ਪਰਿਵਾਰ ਤੱਕ ਪਹੁੰਚਣ ਦੀ ਆ ਉਹ ਕੋਸ਼ਿਸ਼ ਦੇ ਵਿੱਚ ਅਸੀਂ ਲੱਗੇ ਹੋਏ ਆ। ਉਹ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਕੰਮ ਕੀਤੇ, ਕੀ ਕੀ ਕੰਮ ਕੀਤੇ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ, ਕੇਂਦਰ ਦੀ ਸਰਕਾਰ ਨੇ, ਤੇ ਕਿਵੇਂ ਕਿਵੇਂ ਕੰਮ ਕੀਤੇ ਆ। ਉਹ ਕਹਿੰਦੇ ਵੀ ਅਸੀਂ ਇਹਦੇ ਉੱਤੇ ਗੌਰ ਕਰ ਰਹੇ ਹਾਂ। ਉਹ ਇਕੱਲੀ ਇਕੱਲੀ ਗੱਲ ਦੀ ਜਾਣਕਾਰੀ ਆ ਜਿਹੜੀ ਉਹ ਅਸੀਂ ਦੇ ਰਹੇ ਹਾਂ, ਮੁਹੱਈਆ ਕਰਵਾ ਰਹੇ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਵੀ ਕੇਂਦਰ ਦੀ ਸਰਕਾਰ ਨੇ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੇ ਲਈ ਬਹੁਤ ਸਾਰੇ ਕੰਮ ਕੀਤੇ ਆ। ਉਹ ਜਿਹੜੇ ਕੰਮ ਕੀਤੇ ਆ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਦਾ ਅਸੀਂ ਯਤਨ ਕਰ ਰਹੇ ਹਾਂ। ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ ਜਿਹੜੀ ਲੋਕ ਸਭਾ ਦੀ ਚੋਣ ਹੋਊਗੀ 2024 ਦੇ ਵਿੱਚ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਸਿਰਫ ਬੀਜੇਪੀ ਹੀ ਇੱਕ ਐਸੀ ਪਾਰਟੀ ਆ ਜਿਹੜੀ ਕਿ ਲੋਕਾਂ ਨੂੰ ਚੰਗਾ ਸ਼ਾਸਨ ਦੇ ਸਕਦੀ ਆ, ਲੋਕਾਂ ਦੀ ਕਸਵੱਟੀ ਤੇ ਖਰੀ ਉਤਰ ਸਕਦੀ ਆ। ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਪੰਜਾਬ ਦੇ ਵਿੱਚ ਜਾਂ ਜਿਹੜੇ ਵੀ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ, ਉਹ ਲਗਾਤਾਰ ਤਰੱਕੀ ਕਰੂਗਾ ਤੇ ਕਰਦਾ। ਤੇ ਉਹਨਾਂ ਨੇ ਦਾਅਵਾ ਕੀਤਾ ਜੀ ਕਿ ਅਸੀਂ ਇਕੱਠੇ ਮਿਲ ਕੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ। ਪਰ ਹੁਣ ਸਵਾਲ ਇਹੀ ਪੈਦਾ ਹੁੰਦਾ ਬਈ ਜਿਹੜੇ ਪੰਜਾਬ ਦੇ ਪਿੰਡਾਂ ਦੇ ਲੋਕ ਆ ਉਹ ਕਿਸ ਤਰੀਕੇ ਦੇ ਨਾਲ ਬੀਜੇਪੀ ਦੇ ਨਾਲ ਤੁਰਨਗੇ, ਕਿਉਂਕਿ ਪਿੰਡਾਂ ਦੇ ਲੋਕਾਂ ਦੀਆਂ ਨਾਰਾਜ਼ਗੀਆਂ, ਪਿੰਡਾਂ ਦੇ ਲੋਕਾਂ ਦੇ ਖਿਆਲ ਤਾਂ ਉਵੇਂ ਹੀ ਆ, ਪਿੰਡਾਂ ਦੇ ਲੋਕ ਹਾਲੇ ਵੀ ਬੀਜੇਪੀ ਦੇ ਪੱਖ ਦੇ ਵਿੱਚ ਨਹੀਂ ਆ। ਸੋ ਇਸ ਹਾਲਾਤ ਦੇ ਵਿੱਚ ਬੀਜੇਪੀ ਆ ਜਿਹੜੀ ਉਹ ਕੀ ਆਉਂਦੇ ਸਮੇਂ ਦੇ ਵਿੱਚ ਕਰੂਗੀ, ਤੇ ਬੀਜੇਪੀ ਕਿਹੜੀ ਅਸੀਂ ਗਿੱਦੜ ਸਿੰਘੀ ਵਰਤੂਗੀ ਵੀ ਪਿੰਡਾਂ ਦੇ ਲੋਕ ਵੀ ਇਹਨਾਂ ਦੇ ਪੱਖ ਦੇ ਵਿੱਚ ਆ ਜਾਣ, ਵੀ ਇਹ ਆਉਣ ਵਾਲੇ ਵਕਤ ਨਹੀਂ ਬਿਆਨ ਕਰਦਾ ਜੀ। ਜੀ ਬਿਲਕੁਲ ਸਹੀ। ਪਰ ਸਰ ਪੰਜਾਬ ਦਾ ਜਿਹੜਾ ਰਾਜਨੀਤਿਕ ਮੁਹਾਂਦਰਾ ਸਮਝ ਤੋਂ ਬਾਹਰ ਹੋਇਆ ਹੋਇਆ ਜੀ, ਹੁਣ ਤਾਂ ਕਹਿੰਦੇ ਪੰਜਾਬ 'ਚ ਰਾਜਨੀਤਿਕ ਮੁਹਾਂਦਰੇ ਨੇ ਮੋੜ ਕੱਟ ਲਿਆ ਜੀ। ਹਾਂ ਬਿਲਕੁਲ ਜੀ, ਗੱਲ ਇਹ ਹੈ ਕਿ ਪੰਜਾਬ ਦਾ ਰਾਜਨੀਤਿਕ ਮੁਹਾਂਦਰਾ ਜਿਹੜਾ ਉਹ ਇਹੋ ਜਿਹਾ ਮੋੜ ਜਿਹਾ ਕੱਟਦਾ ਹੁੰਦਾ ਵੀ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਮਿਲਦਾ ਨਹੀਂ ਹੁੰਦਾ ਗਾ, ਪਰ ਲੋਕ ਬਿਜ਼ੀ ਹੋ ਜਾਂਦੇ ਆ ਤੇ ਲੋਕ ਬਿਜ਼ੀ ਹੁਣ ਵੀ ਆ। ਲੋਕ ਬਿਜ਼ੀ ਹੁੰਦੇ ਆ, ਇਹਨੇ ਕਿਹਨੂੰ ਕੀ ਕਹਿਤਾ, ਉਹਨੇ ਕੀ ਕਰਤਾ, ਉਹਨੇ ਐਂ ਕਹਿਤਾ, ਆ ਐਂ ਹੋਜੂ, ਆ ਫਲਾਣਾ ਐਂ ਹੋਜੂ, ਫਲਾਣੀ ਐਂ ਹੋਜੂ, ਲੋਕ ਇਸ ਗੱਲ ਦੇ ਵਿੱਚ ਰੁਝੇਵੇਂ ਦੇ ਵਿੱਚ ਹੋ ਜਾਂਦੇ ਆ। ਅਗਲੀ ਗੱਲ ਮਹੱਤਵਪੂਰਨ ਇਹ ਹੈਗੀ ਆ ਵੀ ਜਿਸ ਤਰੀਕੇ ਦੇ ਨਾਲ ਇਹ ਹੁਣ ਵੀ ਖਬਰਾਂ ਆ ਰਹੀਆਂ ਤੇ ਉਹ ਇਹ ਜੀ ਕਿ ਬੀਜੇਪੀ ਆਪਣੀਆਂ ਤਿਆਰੀਆਂ ਵੱਢ ਰਹੀ ਆ ਤੇ ਅਕਾਲੀ ਦਲ ਤੇ ਬੀਜੇਪੀ ਵੈਸੇ ਉਹਦਾ ਖੁਸ਼ ਆ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਭਿੜੀ ਜਾਂਦੀ ਆ। ਆਮ ਆਦਮੀ ਪਾਰਟੀ ਜਿਹੜੀ ਉਹ ਸੱਤਾਧਾਰੀ ਧਿਰ ਹੈਗੀ ਆ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਜੀ ਕਿ ਅਸੀਂ 24 ਦੀਆਂ ਚੋਣਾਂ ਸਾਰੀਆਂ ਦੇ ਵਿੱਚ ਸਾਰੀਆਂ ਸੀਟਾਂ ਜਿੱਤਾਂਗੇ ਤੇ ਕਾਂਗਰਸ ਦੇ ਉੱਤੇ ਕਾਰਵਾਈ ਜਾਰੀ ਆ। ਕਾਂਗਰਸ ਨੇ ਗੱਲ ਕਹਿਤੀ ਆ ਵੀ ਅਸੀਂ ਤੁਹਾਡੇ ਨਾਲ ਗੱਠਜੋੜ ਨਹੀਂ ਕਰਨਾ ਦਿੱਲੀ ਦੇ ਵਿੱਚ, ਤੇ ਕਾਂਗਰਸ ਦੇ ਵੱਲੋਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਆ, ਭਗਵੰਤ ਮਾਨ ਦੇ ਵੱਲੋਂ ਸਬੂਤ ਪੇਸ਼ ਕੀਤੇ ਗਏ ਆ ਤੇ ਸਾਰੀਆਂ ਧਿਰਾਂ ਬਿਜ਼ੀ ਆ ਤੇ ਪੰਜਾਬ ਦੇ ਲਈ ਇਹਦੇ ਵਿੱਚੋਂ ਕੁਝ ਨਿਕਲਦਾ ਹੋਵੇ ਜਾਂ ਨਾ ਨਿਕਲਦਾ ਹੋਵੇ ਉਹ ਬਾਅਦ ਦੀਆਂ ਗੱਲਾਂ ਹੈਗੀਆਂ। ਸੋ ਇਹ ਪੰਜਾਬ ਦਾ ਰਾਜਨੀਤਿਕ ਮੁਹਾਂਦਰਾ ਇਹੀ ਆ ਵੀ ਕੱਢਣ ਪਾਉਣ ਨੂੰ ਇਹਨਾਂ ਗੱਲਾਂ ਦੇ ਵਿੱਚ ਕੱਖ ਨਹੀਂ ਗਾ, ਪਰ ਇਹ ਆ ਵੀ ਸਾਰੇ ਜਣੇ ਬਿਜ਼ੀ ਜ਼ਰੂਰ ਹੈਗੇ ਆ। ਸੋ ਦੇਖਦੇ ਭਾਈ ਆਉਣ ਵਾਲੇ ਵਕਤ ਦੇ ਵਿੱਚ ਕੀ ਕੀ ਨਿਕਲ ਕੇ ਆਉਂਦਾ, ਕੀ ਕੀ ਬਣਦਾ, ਪਰ ਇਹ ਆ ਜੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਵੇਲੇ ਖੁਦ ਨੂੰ ਸੱਚਾ ਤੇ ਵੱਧ ਕੰਮ ਕਰਨ ਵਾਲਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਕਿ ਦੇਖੋ ਜੀ ਅਸੀਂ ਆਹ ਕੰਮ ਕਰਤਾ, ਅਸੀਂ ਹੀ ਆਹ ਕੰਮ ਕਰ ਸਕਦੇ ਹਾਂ, ਅਸੀਂ ਐ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਬਸ ਇਸ ਤਰੀਕੇ ਦੇ ਰੁਝੇਵੇਂ ਹੁਣ ਜਾਰੀ ਹੈ ਜੀ। ਤੇ ਸਰ ਜਾਂਦੇ ਜਾਂਦੇ ਬ੍ਰਿਜ ਭੂਸ਼ਣ ਦੀ ਗੱਲ ਕਰ ਲਈਏ ਜੀ, ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੇ ਬਾਰੇ 'ਚ ਕੋਈ ਖਬਰ ਸਾਹਮਣੇ ਆਈ? ਨਹੀਂ ਜੀ, ਦੇਖੋ ਉਹਦੀ ਗ੍ਰਿਫਤਾਰੀ ਤਾਂ ਹਾਲੇ ਹੋਣ ਦੀ ਸੰਭਾਵਨਾ ਵੀ ਕੋਈ ਨਹੀਂ, ਕਿ ਮੇਰਾ ਖਿਆਲ ਤਾਂ ਜਿਸ ਤਰੀਕੇ ਦੇ ਲੱਛਣ ਆ ਉਹਦੀ ਗ੍ਰਿਫਤਾਰੀ ਕਰਨੀ ਵੀ ਕਿਵੇਂ ਆ, ਕਿਉਂਕਿ ਲੰਘੇ ਕੱਲ ਤਾਂ ਦਿੱਲੀ ਦੀ ਪੁਲਿਸ ਦੇ ਹਵਾਲੇ ਰਾਹੀਂ ਇਹ ਖਬਰ ਹੋਰ ਆ ਗਈ ਆ। ਉਹ ਕਹਿੰਦੇ ਵੀ ਜਿਹੜੀ ਕੁੜੀ ਨੇ ਨਾਬਾਲਗ ਹੋਣ ਦੀ ਗੱਲ ਕੀਤੀ ਆ ਉਹ ਤਾਂ ਬਾਲਗ ਆ, ਕਿਉਂਕਿ ਨਾਬਾਲਗ ਕਹਿ ਕੇ ਜਿਹਨੇ ਪਰਚਾ ਦਰਜ ਕਰਵਾਇਆ ਪੋਕਸੋ ਐਕਟ ਦੇ ਤਹਿਤ, ਤੇ ਉਹ ਤਾਂ ਪੋਕਸੋ ਐਕਟ ਬਣਦਾ ਹੀ ਨਹੀਂ ਗਾ ਕਿਉਂਕਿ ਉਹ ਤਾਂ ਕੁੜੀ ਬਾਲਗ ਆ। ਹਾਲਾਂਕਿ ਕੁੜੀ ਦਾ ਬਾਪ ਤੇ ਕੁੜੀ ਦਾ ਚਾਚਾ ਇਹ ਗੱਲ ਕਹਿੰਦੇ ਵੀ ਕੁੜੀ ਦੀ ਉਮਰ ਘੱਟ ਆ, ਪਰ ਪੁਲਿਸ ਇਹ ਗੱਲ ਕਹਿੰਦੀ ਦਿੱਲੀ ਵਾਲੀ ਵੀ ਭਾਈ ਕੁੜੀ ਦੀ ਤਾਂ ਉਮਰ ਜ਼ਿਆਦਾ ਹੈਗੀ ਆ। ਪਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਪੁਲਿਸ ਨੇ ANI ਨਿਊਜ਼ ਏਜੰਸੀ ਦੀ ਇਸ ਖਬਰ ਦਾ ਖੰਡਨ ਕੀਤਾ ਵੀ ਭਾਈ ਅਸੀਂ ਕੁੜੀ ਨੂੰ ਨਾਬਾਲਗ ਤੋਂ ਬਾਲਗ ਕਹਿ ਦਿੱਤਾ। ਇਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਪੁਲਿਸ ਨੇ ਇਸ ਟਵੀਟ ਨੂੰ ਡਿਲੀਟ ਹੀ ਕਰਤਾ ਆਪਦੇ, ਜਿਹਦੇ ਵਿੱਚ ਉਹਨਾਂ ਨੇ ਸਫਾਈ ਦਿੱਤੀ ਸੀ
ਮਤਲਬ ਇਹ ਜੀ ਕਿ ਮੈਨੂੰ ਆਸ ਨਹੀਂ ਕਿ ਬ੍ਰਿਜ ਭੂਸ਼ਣ ਦੇ ਉੱਤੇ ਛੇਤੀ ਕਿਤੇ ਹੋਈ ਕਾਰਵਾਈ ਹੋਊਗੀ, ਉਹ ਤਾਂ ਅਜੇ ਵੀ ਟਿੱਚਰਾ ਕਰ ਰਿਹਾ। ਇੱਕ ਹੋਰ ਗੱਲ ਹੈ ਵੀ ਜਿਹੜੀ ਨਰੇਸ਼ ਟਕੈਤ ਹੋਰਾਂ ਨੇ ਮੈਡਲ ਲੈ ਕੇ ਆਉਂਦੇ ਸੀਗੇ ਹਰਿਦੁਆਰ ਰੋੜ ਗਏ ਖਿਡਾਰੀਆਂ ਦੇ ਕੋਲੋਂ, ਤੇ ਅੱਜ ਉਹਨਾਂ ਨੇ ਯੂਪੀ ਦੇ ਵਿੱਚ ਮਹਾਂ ਪੰਚਾਇਤ ਸੱਦੀ ਆ ਤੇ ਦੇਖਦੇ ਹਾਂ ਵੀ ਇੱਥੇ ਕੀ ਫੈਸਲਾ ਹੁੰਦਾ। ਦਿਨ ਸਿਰਫ 3 ਬਾਕੀ ਰਹਿ ਗਏ ਆ ਕਿਉਂਕਿ ਉਹਨਾਂ ਨੇ 5 ਦਿਨ ਦਾ ਜਿਹੜਾ ਸਮਾਂ ਦਿੱਤਾ ਸੀ ਸਰਕਾਰ ਨੂੰ। ਤੇ ਉਧਰ ਅਨੁਰਾਗ ਠਾਕੁਰ ਹੋਰਾਂ ਨੇ ਕਿਹਾ ਵੀ ਖਿਡਾਰੀ ਕੁਝ ਵੀ ਐਸਾ ਨਾ ਕਰਨ ਜਿਹਦੇ ਨਾਲ ਦੇਸ਼ ਤੇ ਖੇਡ ਦਾ ਨਾਂ ਬਦਨਾਮ ਹੁੰਦਾ ਹੋਵੇ, ਕਿਉਂਕਿ ਪੁਲਿਸ ਦੇ ਵੱਲੋਂ ਆਪਣੀ ਪੜਤਾਲ ਕੀਤੀ ਜਾ ਰਹੀ ਆ। ਉਧਰੋਂ ਬ੍ਰਿਜ ਭੂਸ਼ਣ ਇਹ ਗੱਲ ਕਹਿ ਰਿਹਾ ਕਿ ਗੰਗਾ ਦੇ ਵਿੱਚ ਮੈਡਲ ਵਹਾਉਣ ਦੇ ਨਾਲ ਕਿਹੜਾ ਫਾਂਸੀ ਲੱਗ ਜਾਣੀ ਹੈ। ਉਹ ਕਹਿੰਦਾ ਅਸੀਂ ਵੀ ਤੈਰਨਾ ਜਾਣਦੇ ਹਾਂ, ਤੇ ਵੈਸੇ ਉਹ ਕਹਿੰਦਾ ਜੀ ਜੇਕਰ ਮੈਂ ਕਸੂਰਵਾਰ ਹੋਇਆ ਭਾਵੇਂ ਮੇਰੇ ਗੋਲੀ ਮਾਰ ਦਿਓ। ਸੋ ਗੱਲ ਇਹ ਜੀ ਕਿ ਇਹ ਮਾਮਲਾ ਉੱਥੇ ਦਾ ਉੱਥੇ ਹੀ ਹੈ, ਇਹਦੇ ਵਿੱਚ ਕੋਈ ਤਬਦੀਲੀ ਹੋਰ ਹਾਲੇ ਹੈ ਨਹੀਂ ਜੀ। ਸੋ ਖੈਰ, ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ, ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ ਜੀ।